ਤਸਵੀਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਧਮਕੀ ਮਿਲੀ ਹੈ ਜੀ ਹਾਂ ਸੋਸ਼ਲ ਮੀਡੀਆ ਅਕਾਊਂਟ ਤੇ ਧਮਕੀ ਭਰੇ ਮੈਸੇਜ ਆ ਰਹੇ ਨੇ ਬੈਂਸ ਨੂੰ ਤਾਂ ਦੱਸ ਦਈਏ ਕਿ ਬੈਂਸ ਬਰਦਰਸ ਕੁਝ ਸਮੇਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਉਹਨਾਂ ਦੇ ਵੱਲੋਂ ਬਿੱਟੂ ਦੇ ਨਾਲ ਇੱਕ ਕਾਲ ਰਿਕਾਰਡਿੰਗ ਨੂੰ ਵਾਇਰਲ ਵੀ ਕੀਤਾ ਗਿਆ ਜਿਸ ਤੋਂ ਬਾਅਦ ਕਾਫੀ ਸਿਆਸੀ ਇਲਜ਼ਾਮ ਇੱਕ ਦੂਜੇ ਤੇ ਲਗਾਏ ਗਏ ਤੇ ਹੁਣ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਇੱਕ ਸਕਰੀਨਸ਼ਾਟ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਧਮਕੀਆਂ ਆ ਰਹੀਆਂ ਨੇ ਧਮਕੀ ਦੇ ਵਿੱਚ ਲਿਖਿਆ ਏ ਕਿ ਥੋੜੀ ਸ਼ਾਂਤੀ ਨਾਲ ਚੱਲ ਨਹੀਂ ਤਾਂ ਤੇਰੀ লাশ ਵੀ ਨਹੀਂ ਪਛਾਣ ਪਾਣੀ ਕਿਸੇ ਨੇ ਤਾਂ ਦੇਖ ਹੀ ਸਕਦੇ ਹੋ ਮੈਸੇਜ ਉਹਨਾਂ ਨੇ ਸਕਰੀਨਸ਼ਾਟ ਪਾਏ ਨੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਈਡੀ ਤੋਂ ਜਿਸ ਦਾ ਨਾਮ ਬੱਬਰ ਹੈਰੀ ਹੈ ਬੱਬਰ ਹੈਰੀ ਦੇ ਵੱਲੋਂ ਇਹ ਧਮਕੀ ਭਰਿਆ ਮੈਸੇਜ ਲਿਖਿਆ ਗਿਆ ਉਸ ਦੇ ਵਿੱਚ ਲਿਖਦਾ ਹੈ ਕਿ ਵੱਡਾ ਲੀਡਰ ਬਣੀ ਜਾਣਾ ਦਿਨੋਂ ਦਿਨ ਵਾਲਾ ਹੀ ਸਿਰ ਚੜੀ ਜਾ ਰਿਹਾ ਥੋੜਾ ਸ਼ਾਂਤੀ ਨਾਲ ਚੱਲ ਨਹੀਂ ਤਾਂ ਪੱਕਾ ਸ਼ਾਂਤ ਕਰ ਦੇਵਾਂਗੇ ਸਮਝ ਕਰ ਲੈ ਅਜੇ ਵੀ ਵੇਲਾ ਹੈ ਨਹੀਂ ਤਾਂ ਤੇਰੀ লাশ ਦੀ ਪਛਾਣ ਵੀ ਨਹੀਂ ਕਰਨੀ ਕਿਸੇ ਨੇ ਤਾਂ ਇਸ ਤਰੀਕੇ ਦੇ ਮੈਸੇਜ ਉਹਨਾਂ ਨੂੰ ਟੈਕਸਟ ਮੈਸੇਜ ਵੀ ਆਏ ਨੇ ਮੈਸेंजर ਉੱਤੇ ਵੀ ਸੇਮ ਮੈਸੇਜ ਹੈ ਜਿਹੜਾ ਫੇਸਬੁੱਕ ਦੇ ਨਾਲ ਮੈਸेंजर ਅਟੈਚ ਹੁੰਦਾ ਹੈ ਉਸਤੇ ਵੀ ਡਿੱਟੋ ਸੇਮ ਮੈਸੇਜ ਧਮਕੀ ਭਰਿਆ ਮੈਸੇਜ ਭੇਜਿਆ ਗਿਆ ਹੈ ਤਾਂ ਬੈਂਸ ਦੇ ਵੱਲੋਂ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਉਹਨਾਂ ਦੇ ਵੱਲੋਂ ਇਹ ਜਿਹੜੀ ਸੂਚਨਾ ਆ ਇਹ ਪੁਲਿਸ ਨੂੰ ਦੇ ਦਿੱਤੀ ਗਈ ਆ ਹੁਣ ਜਲਦ ਤੋਂ ਜਲਦ ਇਹਨਾਂ ਨੂੰ ਧਮਕੀ ਭੇਜਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਵੱਡੀ ਖਬਰ ਹੈ ਸਿਮਰਜੀਤ ਸਿੰਘ ਬੈਂਸ ਲੁਧਿਆਣੇ ਦੇ ਵੱਡੇ ਆਗੂ ਨੇ ਲੁਧਿਆਣੇ ਦੀ ਵੱਡੀ ਤਸਵੀਰ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵਿੱਚ ਥੋੜੇ ਸਮੇਂ ਪਹਿਲਾਂ ਹੀ ਦੋਨੋਂ ਬ੍ਰਦਰਜ਼ ਬੈਂਸ ਬ੍ਰਦਰਜ਼ ਦੇ ਨਾਮ ਤੋਂ ਜਾਣੇ ਜਾਂਦੇ ਨੇ ਤਸਵੀਰ ਦਿਖਾ ਰਹੇ ਆ ਰਾਹੁਲ ਗਾਂਧੀ ਨਾਲ ਖੜਿਆਂ ਦੀ ਸ਼ਾਮਲ ਹੋਏ ਸੀ ਜਿਸ ਤੋਂ ਬਾਅਦ ਸਿਆਸੀ ਇੱਕ ਦੂਜੇ ਤੇ ਇਹਨਾਂ ਦੇ ਵੱਲੋਂ ਬਿੱਟੂ ਰਵਨੀਤ ਸਿੰਘ ਬਿੱਟੂ ਜੋ ਭਾਜਪਾ ਦੇ ਉਮੀਦਵਾਰ ਨੇ ਲੁਧਿਆਣਾ ਤੋਂ ਉਹਨਾਂ ਦੇ ਨਾਲ ਗੱਲਬਾਤ ਦੀ ਇੱਕ ਆਡੀਓ ਜਿਹੜੀ ਹੈ ਆਡੀਓ ਕਲਿੱਪ ਵਾਇਰਲ ਕੀਤੀ ਗਈ ਸੀ ਤੇ ਹੁਣ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਆਤਮਕੀਆਂ ਵਾਲੇ ਸਕਰੀਨਸ਼ਾਟ ਪਾਏ ਜਾ ਰਹੇ ਨੇ ਜਿਸ ਦੇ ਵਿੱਚ ਇੱਕ ਬੱਬਰ ਹੈਰੀ ਨਾਮ ਦੀ ਆਈਡੀ ਤੋਂ ਇਹਨਾਂ ਨੂੰ ਧਮਕੀਆਂ ਭਰੇ ਮੈਸੇਜ ਆ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਧਮਕੀ ਮਿਲੀ ਹੈ ਜੀ ਹਾਂ ਸੋਸ਼ਲ ਮੀਡੀਆ ਅਕਾਊਂਟ ਤੇ ਧਮਕੀ ਭਰੇ ਮੈਸੇਜ ਆ ਰਹੇ ਨੇ ਬੈਂਸ ਨੂੰ ਤਾਂ ਦੱਸ ਦਈਏ ਕਿ ਬੈਂਸ ਬ੍ਰਦਰਸ ਕੁਝ ਸਮੇਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਉਹਨਾਂ ਦੇ ਵੱਲੋਂ ਬਿੱਟੂ ਦੇ ਨਾਲ ਇੱਕ ਕਾਲ ਰਿਕਾਰਡਿੰਗ ਨੂੰ ਵਾਇਰਲ ਵੀ ਕੀਤਾ ਗਿਆ ਜਿਸ ਤੋਂ ਬਾਅਦ ਕਾਫੀ ਸਿਆਸੀ ਇਲਜ਼ਾਮ ਇੱਕ ਦੂਜੇ ਤੇ ਲਗਾਏ ਗਏ ਤੇ ਹੁਣ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਇੱਕ ਸਕਰੀਨਸ਼ਾਟ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਧਮਕੀਆਂ ਆ ਰਹੀਆਂ ਨੇ ਧਮਕੀ ਦੇ ਵਿੱਚ ਲਿਖਿਆ ਏ ਕਿ ਥੋੜੀ ਸ਼ਾਂਤੀ ਨਾਲ ਚੱਲ ਨਹੀਂ ਤਾਂ ਤੇਰੀ লাশ ਵੀ ਨਹੀਂ ਪਛਾਣ ਪਾਣੀ ਕਿਸੇ ਨੇ ਤਾਂ ਦੇਖ ਹੀ ਸਕਦੇ ਹਾਂ ਮੈਸੇਜ ਉਹਨਾਂ ਨੇ ਸਕਰੀਨ ਸ਼ਾਟ ਪਾਏ ਨੇ ਦੇਖ ਸਕਦੇ ਹਾਂ ਕਿ ਕਿਵੇਂ ਇੱਕ ਆਈਡੀ ਤੋਂ ਜਿਸ ਦਾ ਨਾਮ ਬੱਬਰ ਹੈਰੀ ਹੈ ਬੱਬਰ ਹੈਰੀ ਦੇ ਵੱਲੋਂ ਇਹ ਕੀਪਰ ਇਹ ਮੈਸੇਜ ਲਿਖਿਆ ਗਿਆ ਉਸ ਦੇ ਵਿੱਚ ਲਿਖਦਾ ਹੈ ਕਿ ਵੱਡਾ ਲੀਡਰ ਬਣੀ ਜਾਣਾ ਦਿਨੋਂ ਦਿਨ ਵਾਲਾ ਹੀ ਸਿਰ ਚੜੀ ਜਾ ਰਿਹਾ ਥੋੜਾ ਸ਼ਾਂਤੀ ਨਾਲ ਚੱਲ ਨਹੀਂ ਤਾਂ ਪੱਕਾ ਸ਼ਾਂਤ ਕਰ ਦਵਾਂਗੇ ਸਮਝ ਕਰ ਲੈ ਅਜੇ ਵੀ ਵੇਲਾ ਹੈ ਨਹੀਂ ਤਾਂ ਤੇਰੀ লাশ ਦੀ ਪਛਾਣ ਵੀ ਨਹੀਂ ਕਰਨੀ ਕਿਸੇ ਨੇ ਤਾਂ ਇਸ ਤਰੀਕੇ ਦੇ ਮੈਸੇਜ ਉਹਨਾਂ ਨੂੰ ਟੈਕਸਟ ਮੈਸੇਜ ਵੀ ਆਏ ਨੇ ਮੈਸेंजर ਉੱਤੇ ਵੀ ਸੇਮ ਮੈਸੇਜ ਜਿਹੜਾ ਫੇਸਬੁੱਕ ਦੇ ਨਾਲ ਮੈਸेंजर ਅਟੈਚ ਹੁੰਦਾ ਹੈ ਉਸ ਤੇ ਵੀ ਡਿੱਟੋ ਸੇਮ ਮੈਸੇਜ ਧਮਕੀ ਭਰਿਆ ਮੈਸੇਜ ਭੇਜਿਆ ਗਿਆ ਹੈ ਤਾਂ ਬੈਂਸ ਦੇ ਵੱਲੋਂ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਉਹਨਾਂ ਦੇ ਵੱਲੋਂ ਇਹ ਜਿਹੜੀ ਸੂਚਨਾ ਹੈ ਇਹ ਪੁਲਿਸ ਨੂੰ ਦੇ ਦਿੱਤੀ ਗਈ ਆ ਹੁਣ ਜਲਦ ਤੋਂ ਜਲਦ ਇਹਨਾਂ ਧਮਕੀ ਭੇਜਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਵੱਡੀ ਖਬਰ ਹੈ ਸਿਮਰਜੀਤ ਸਿੰਘ ਬੈਂਸ ਲੁਧਿਆਣੇ ਦੇ ਵੱਡੇ ਆਗੂ ਨੇ ਲੁਧਿਆਣੇ ਦੀ ਵੱਡੀ ਤਸਵੀਰ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵਿੱਚ ਥੋੜੇ ਸਮੇਂ ਪਹਿਲਾਂ ਹੀ ਦੋਨੋਂ ਬ੍ਰਦਰਜ਼ ਬੈਂਸ ਬ੍ਰਦਰਜ਼ ਦੇ ਨਾਮ ਤੋਂ ਜਾਣੇ ਜਾਂਦੇ ਨੇ ਤਸਵੀਰ ਦਿਖਾ ਰਹੇ ਹਾਂ ਰਾਹੁਲ ਗਾਦੀ ਨਾਲ ਖੜਿਆਂ ਦੀ ਸ਼ਾਮਲ ਹੋਏ ਸੀ ਜਿਸ ਤੋਂ ਬਾਅਦ ਸਿਆਸੀ ਇੱਕ ਦੂਜੇ ਤੇ ਇਹਨਾਂ ਨੇ ਵੱਲੋਂ ਬਿੱਟੂ ਰਵਨੀਸ਼ ਸਿੰਘ ਬਿੱਟੂ ਜੋ ਭਾਜਪਾ ਦੇ ਉਮੀਦਵਾਰ ਨੇ ਲੁਧਿਆਣਾ ਤੋਂ ਉਹਨਾਂ ਦੇ ਨਾਲ ਗੱਲਬਾਤ ਦੀ ਇੱਕ ਆਡੀਓ ਜਿਹੜੀ ਹੈ ਆਡੀਓ ਕਲਿੱਪ ਵਾਇਰਲ ਕੀਤੀ ਗਈ ਸੀ ਤੇ ਹੁਣ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਧਮਕੀਆਂ ਵਾਲੇ ਸਕਰੀਨਸ਼ਾਟ ਪਾਏ ਜਾ ਰਹੇ ਨੇ ਜਿਸ ਦੇ ਵਿੱਚ ਇੱਕ ਬੱਬਰ ਹੈਰੀ ਨਾਮ ਦੀ ਆਈਡੀ ਤੋਂ ਇਹਨਾਂ ਨੂੰ ਧਮਕੀਆਂ ਭਰੇ ਮੈਸੇਜ ਆ ਰਹੇ ਨੇ